ਮੈਨੂੰ SMS ਆਉਂਦਾ ਵੈ ਸੋਨੀ ਟੀਵੀ ਤੋਂ ਕਿ ਤੁਸੀਂ 8 ਜੂਨ ਦੀ ਗਰਾਊਂਡ ਆਡੀਸ਼ਨ ਜੋ ਦਿੱਲੀ ਵਿੱਚ ਹੋ ਰਹੀ ਹੈ ਤੁਸੀਂ ਉਹਦੇ ਲਈ ਸਿਲੈਕਟਿਡ। ਅਮਿਤਾਭ ਬੱਚਨ ਸਰ ਨੇ ਆਪਣੇ ਹੱਥੋਂ ਰਸ ਮਲਾਈ ਦੇ ਨਾਲ ਮੇਰਾ ਵਰਤ ਸੰਪੂਰਨ ਕਰਾਇਆ ਔਰ ਇਹੀ ਮੇਰਾ ਇੱਕ ਉੱਥੇ ਦਾ ਬਹੁਤ ਵੱਡਾ ਮੂਮੈਂਟ, ਜ਼ਿੰਦਗੀ ਦਾ ਮੂਮੈਂਟ। ਸਦੀ ਦੇ ਮਹਾਨਾਇਕ ਅਮਿਤਾਭ ਬੱਚਨ ਜੀ ਦੇ ਨਾਲ ਕਾਫ਼ੀ ਸਮੇਂ ਬੈਠਣ ਦਾ, ਗੱਲਾਂ ਬਾਤਾਂ ਕਰਨ ਦਾ, ਉਹਨਾਂ ਨਾਲ ਗੇਮ ਖੇਡਣ ਦਾ ਮੈਨੂੰ ਸੌਭਾਗ ਮਿਲਿਆ। ਮੈਂ ਇੰਨਾ ਸੀਰੀਅਸ ਨਹੀਂ ਸੀ KBC ਨੂੰ ਲੈ ਕੇ, ਮੇਰੇ ਮੰਮਾ ਬਹੁਤ ਹੀ ਡਾਈ ਹਾਰਡ ਫੈਨ KBC ਦੇ। ਬਚਪਨ ਤੋਂ ਹੀ, ਸਕੂਲ ਟਾਈਮ ਤੋਂ ਹੀ ਮੇਰਾ ਜਨਰਲ ਨੌਲੇਜ ਵਾਲੇ ਪਾਸੇ ਬਹੁਤ ਰੁਝਾਨ ਰਿਹਾ। ਜਨਰਲ ਨੌਲੇਜ, ਕਰੰਟ ਅਫੇਅਰ, ਜੀਓਗ੍ਰਾਫੀ, ਹਿਸਟਰੀ, ਸਾਇੰਸ, ਜੈ ਹੋ ਸ਼ੰਕਰ ਆਦਿਦੇਵ ਸ਼ੰਕਰ, ਤੇਰੇ ਜਾਪ ਕੇ ਬਿਨਾ ਚਲੇ ਇਹ ਸਾਂਸ ਕਿਸ ਤਰ੍ਹਾਂ, ਮੇਰਾ ਕਰਮ ਤੂੰ ਹੀ ਜਾਣੇ ਕਿਆ ਬੁਰਾ ਹੈ ਕਿਆ ਭਲਾ, ਤੇਰੇ ਰਾਸਤੇ ਤੇ ਮੈਂ ਤੂੰ ਅੱਖ ਮੁੰਦ ਕੇ ਚਲਾ, ਤੇਰੇ ਨਾਮ ਕੀ ਜੋਤ ਨੇ ਸਾਰਾ ਹਰ ਦਿਆ ਤਮਸ ਮੇਰਾ, ਨਮੋ ਨਮੋ ਜੀ ਸ਼ੰਕਰ ਭੋਲੇਨਾਥ ਸ਼ੰਕਰ, ਜੈ ਤ੍ਰਿਲੋਕੇ ਨਾਥ ਸ਼ੰਭੋ ਹੈ ਸ਼ਿਵਾਏ ਸ਼ੰਕਰ, ਨਮੋ ਨਮੋ ਜੀ ਸ਼ੰਕਰ ਭੋਲੇਨਾਥ ਸ਼ੰਕਰ, ਰੁਦ੍ਰਦੇਵ ਹੇ ਮਹੇਸ਼ਵਰ। ਕੌਣ ਬਣੇਗਾ ਕਰੋੜਪਤੀ ਦੇ ਲੱਖਾਂ ਫੈਨ ਨੇ, ਕਰੋੜਾਂ ਫੈਨ ਨੇ, ਲੇਕਿਨ ਕਰੋੜਪਤੀ ਦੇ ਵਿੱਚ ਜਾਣ ਲਈ ਵੀ ਲੱਖਾਂ ਲੋਕਾਂ ਦੇ ਸੁਪਨੇ ਵੀ ਹੁੰਦੇ ਨੇ, ਲੇਕਿਨ ਉਹ ਸੁਪਨੇ ਕਿਸੇ ਦੇ ਪੂਰੇ ਹੁੰਦੇ ਨੇ। ਉਹਨਾਂ ਦੇ ਵਿੱਚੋਂ ਇੱਕ ਹੈ ਮੋਗਾ ਦਾ ਸ਼ਰੀਮ ਸ਼ਰਮਾ, ਜਿਹੜਾ KBC 16 ਦੇ ਵਿੱਚ ਪਹੁੰਚਿਆ ਔਰ 97 ਦਿਨ ਦਾ ਵਰਤ ਰੱਖ ਕੇ ਅਮਿਤਾਭ ਬੱਚਨ ਨੇ ਉਹਨਾਂ ਦਾ ਵਰਤ ਖੁਲਵਾਇਆ। ਸਾਡੇ ਨਾਲ ਇਸ ਟਾਈਮ ਮੌਜੂਦ ਹੈ ਸ਼ਰੀਮ ਸ਼ਰਮਾ, ਜਿਨ੍ਹਾਂ ਨੇ 12,50,000 ਦੀ ਰਾਸ਼ੀ ਉੱਥੋਂ ਜਿੱਤ ਕੇ ਲੈ ਕੇ ਆਏ ਹੈ ਔਰ ਇੱਕ ਜੋਤਿਸ਼ ਵੀ ਹੈ। ਕੀ ਵਧੀਆ ਮੂਵਮੈਂਟ ਉੱਥੇ ਰਹੇ, ਕਿੱਦਾਂ ਉੱਥੇ ਪਹੁੰਚੇ, ਇਹ ਸਾਰੀ ਗੱਲਬਾਤ ਇਹਨਾਂ ਨਾਲ ਕਰਾਂਗੇ, ਕਿਉਂਕਿ ਇੱਕ ਮੋਗੇ ਦਾ ਨਾਮ ਇੱਕ ਵਾਰੀ ਫਿਰ ਰੋਸ਼ਨ ਕੀਤਾ, ਕਿਉਂਕਿ KBC 16 ਦੇ ਵਿੱਚ ਜਦੋਂ ਸ਼੍ਰੀ ਸ਼ਰਮਾ ਪਹੁੰਚੇ ਤਾਂ ਸਾਰਾ ਮੋਗਾ ਉਦੋਂ KBC ਦੇਖਦਾ ਪਿਆ ਸੀ ਔਰ ਹੁਣ 12,50,000 ਦੀ ਰਾਸ਼ੀ ਲੈ ਕੇ ਮੋਗਾ ਪਹੁੰਚੇ ਨੇ ਔਰ ਸਵਾਗਤ ਵੀ ਕੀਤਾ ਗਿਆ ਇਹਨਾਂ ਦਾ। ਇਹਨਾਂ ਨਾਲ ਗੱਲ ਕਰਾਂਗੇ ਕਿ KBC ਵਿੱਚ ਪਹੁੰਚਣ ਲਈ ਕਿੰਨੀਆਂ ਸੰਘਰਸ਼ ਕਰਨਾ ਪੈਂਦਾ ਔਰ ਕਿੰਨਾ ਇਹਨਾਂ ਨੂੰ ਸੰਘਰਸ਼ ਕਰਨਾ ਪਿਆ ਔਰ ਕੀ ਬੈਸਟ ਮੂਮੈਂਟ ਰਹੇ, ਕਿਉਂਕਿ ਪੇਸ਼ੇ ਤੋਂ ਐਸਟ੍ਰੋਲੋਜਰ ਨੇ, ਜੋਤਿਸ਼ ਨੇ ਔਰ ਇਹ ਵੀ ਜਾਣਕਾਰੀ ਮਿਲ ਰਹੀ ਹੈ ਕਿ ਸ਼੍ਰੀ ਸ਼ਰਮਾ ਜੀ ਨੇ ਅਮਿਤਾਭ ਬੱਚਨ ਜੀ ਦੀ ਕੁੰਡਲੀ ਵੀ ਦੇਖੀ ਹੈ। ਗੱਲ ਕਰਾਂਗੇ ਸ਼੍ਰੀ ਨਾਲ, ਸ਼੍ਰੀ ਸਭ ਤੋਂ ਵਧੀਆ ਮੂਮੈਂਟ ਹੁੰਦੇ ਆ ਜਦੋਂ ਸਾਨੂੰ ਵੀ ਜਾਣਕਾਰੀ ਮਿਲੀ ਹੈ ਕਿ ਅਮਿਤਾਭ ਬੱਚਨ ਸਰ ਦੇ ਤੁਸੀਂ ਕੁੰਡਲੀ ਵੀ ਦੇਖੀ ਹੈ। ਸਭ ਤੋਂ ਪਹਿਲਾਂ ਜਾਣਕਾਰੀ ਇਹ ਚਾਹਾਂਗੇ ਕਿ ਕਿਵੇਂ ਪਹੁੰਚੇ ਉੱਥੇ ਤੱਕ, ਕਿੰਨੀ ਕੁ ਮਿਹਨਤ ਕਰਨੀ ਪਈ? ਸਭ ਤੋਂ ਪਹਿਲਾਂ ਤਾਂ ਬਹੁਤ ਬਹੁਤ ਤੁਹਾਡਾ ਥੈਂਕ ਯੂ ਸੋ ਮੱਚ, ਅਤੇ News 18 Punjab ਦੇ ਸਾਰੇ ਦਰਸ਼ਕਾਂ ਨੂੰ ਵੀ ਬਹੁਤ ਬਹੁਤ ਮੇਰੇ ਵੱਲੋਂ ਗੁੱਡ ਵਿਸ਼ਿਜ਼ ਹੈ। ਅਤੇ ਮੈਂ ਦੇਖੋ ਜੀ, ਕੌਣ ਬਣੇਗਾ ਕਰੋੜਪਤੀ ਦੇ ਇੰਨੇ ਵੱਡੇ ਇੱਕ ਇੰਟਰਨੈਸ਼ਨਲ ਲੈਵਲ ਦੇ ਮੰਚ 'ਤੇ ਗਿਆ, ਸਦੀ ਦੇ ਮਹਾਨਾਇਕ ਅਮਿਤਾਭ ਬੱਚਨ ਜੀ ਦੇ ਨਾਲ ਕਾਫ਼ੀ ਸਮੇਂ ਬੈਠਣ ਦਾ, ਗੱਲਾਂ ਬਾਤਾਂ ਕਰਨ ਦਾ, ਉਹਨਾਂ ਨਾਲ ਗੇਮ ਖੇਡਣ ਦਾ ਮੈਨੂੰ ਸੌਭਾਗ ਮਿਲਿਆ। ਮੈਂ ਇਹ ਸਭ ਕਿਰਪਾ ਮਹਾਦੇਵ ਦੀ, ਆਪਣੇ ਮਾਤਾ ਪਿਤਾ ਦੇ ਆਸ਼ੀਰਵਾਦ ਦੀ, ਆਪਣੇ ਪਰਿਵਾਰ ਦੇ ਆਸ਼ੀਰਵਾਦ ਦੇ ਕਾਰਨ ਹੀ ਇਹ ਸਭ ਚੀਜ਼ਾਂ ਪੋਸੀਬਲ ਹੋ ਸਕੀਆਂ। ਦੇਖੋ, ਤੁਹਾਨੂੰ ਸਭ ਨੂੰ ਪਤਾ ਕਿ ਸਦੀ ਦੇ ਮਹਾਨਾਇਕ ਅਮਿਤਾਭ ਬੱਚਨ ਜੀ ਦੀ ਇੱਕ ਝਲਕ ਦੇਖਣ ਵਾਸਤੇ ਉਹਨਾਂ ਦੇ ਘਰ ਦੇ ਬਾਹਰ ਹਰ ਰੋਜ਼ ਲੱਖਾਂ ਹਜ਼ਾਰਾਂ ਬੰਦੇ ਖੜ੍ਹੇ ਰਹਿੰਦੇ ਹੈ, ਅਤੇ ਮੈਨੂੰ ਭਗਵਾਨ ਨੇ ਉਹ ਸੌਭਾਗ ਦਿੱਤਾ ਜਾਂ ਕਿ ਮੇਰੇ ਵਰਤ ਦੀ ਗੱਲ ਚੱਲੀ, ਤੁਸੀਂ ਵੀ ਵਰਤ ਬਾਰੇ ਬੋਲਿਆ ਕਿ ਮੈਂ ਵਰਤ ਰੱਖਿਆ। ਅਸਲ ਵਿੱਚ ਮੈਂ 2015 ਤੋਂ ਹੀ ਸਾਵਨ ਦੇ ਮਹੀਨੇ ਫਲਾਹਾਰ ਵਰਤ ਰੱਖਦਾ, ਪੂਰਾ ਪੂਰਾ ਮਹੀਨਾ ਇੱਕ ਪਾਣੀ ਪੀਂਦਾ ਮੈਂ, ਜਾਂ ਜੂਸ ਜਾਂ ਨਿੰਬੂ ਪਾਣੀ ਜਾਂ ਫਲ। ਅਤੇ ਇਸੀ ਸਾਲ 2024 ਵਾਲੇ ਦਿਨ ਮੈਂ ਸੋਚਿਆ, ਇਸ ਵਾਰ ਸੋਚਿਆ ਸੀ ਮੈਂ 108, ਮੈਂ ਕੁਛ ਜ਼ਿਆਦਾ ਰੱਖੂੰਗਾ, ਮਤਲਬ ਕੋਈ ਪ੍ਰੋਪਰ ਦਿਨ ਹੀ ਸੋਚਿਆ ਸੀ। ਅਤੇ ਮੈਂ ਜਿਸ ਦਿਨ ਹਿਸਾਬ ਕਿਤਾਬ ਲਗਾ ਰਿਹਾ ਸੀ ਕਿ ਮੈਂ ਆਪਣਾ ਵਰਤ ਕਦੋਂ ਸ਼ੁਰੂ ਕਰਾਂ,
3 ਮਈ ਦਾ ਉਹ ਦਿਨ ਸੀ ਤੇ ਮੈਨੂੰ ਟੀਵੀ ਤੋਂ ਮੈਨੂੰ SMS ਆਂਦਾ ਵਾ ਸੋਨੀ ਟੀਵੀ ਤੋਂ ਕਿ ਤੁਸੀਂ 8 ਜੂਨ ਦੀ ਗਰਾਊਂਡ ਆਡੀਸ਼ਨ ਜੋ ਦਿੱਲੀ ਵਿੱਚ ਹੋ ਰਹੀ ਹੈ ਤੁਸੀਂ ਉਹਦੇ ਲਈ ਸਿਲੈਕਟਡ ਹੋ। ਜਿਵੇਂ ਉਹ ਮੈਸੇਜ ਪੜਿਆ ਮੈਂ ਇੰਨਾ ਐਕਸਾਈਟਡ ਹੋਇਆ, ਇੰਨਾ ਖੁਸ਼ ਹੋਇਆ, ਹਰ ਹਰ ਮਹਾਦੇਵ ਬੋਲਿਆ। ਫਿਰ ਮੈਂ ਸੋਚਿਆ ਮੇਰਾ ਵਰਤ ਅੱਜ ਤੋਂ ਸ਼ੁਰੂ, ਅਤੇ ਜਿਸ ਦਿਨ ਮੈਂ KBC ਦੀ ਹੋਰ ਸੀਟ 'ਤੇ ਜਾਊਂਗਾ ਮੇਰਾ ਵਰਤ ਉਸ ਦਿਨ ਸੰਪੂਰਨ ਹੋਊਗਾ, ਇਹ ਮੈਂ ਸੋਚ ਲਿਆ ਸੀ। ਅਤੇ ਹੁਣ ਮੈਂ ਆਪਣੇ ਵਰਤ ਦੇ 37ਵੇਂ ਦਿਨ ਯਾਨੀ ਕਿ 8 ਜੂਨ ਨੂੰ ਦਿੱਲੀ ਪਹੁੰਚਿਆ ਆਡੀਸ਼ਨ ਦੇਣ। ਉਹ ਜਿੱਥੇ ਆਡੀਸ਼ਨ ਦੇਣ ਗਿਆ ਉੱਥੇ 4 ਤੋਂ 5 ਹਜ਼ਾਰ ਬੰਦਾ ਘੁੰਮਦਾ ਕਰਦਾ ਪਿਆ ਸੀ, ਮਿਨੀਮਮ 3 ਹਜ਼ਾਰ, ਜ਼ਿਆਦਾ 5 ਹਜ਼ਾਰ ਬੰਦਾ ਤਾਂ ਸੀਗਾ ਹੀ ਸੀਗਾ ਉੱਥੇ। ਦੇਖ ਕੇ ਥੋੜ੍ਹੀ ਘਬਰਾਹਟ ਹੋਈ ਪਰ ਵਿਸ਼ਵਾਸ ਜਗਾਇਆ ਆਪਣੇ ਆਪ ਦੇ ਵਿੱਚ ਕਿ ਨਹੀਂ, ਮਹਾਦੇਵ ਨਾਲ ਹੈ, ਮਾਤਾ ਪਿਤਾ ਦਾ ਆਸ਼ੀਰਵਾਦ ਹੈ, ਜ਼ਰੂਰ ਮੈਂ ਇਹਨੂੰ ਪਾਰ ਕਰੂੰਗਾ। ਸਭ ਤੋਂ ਪਹਿਲਾਂ ਤਾਂ ਉੱਥੇ ਉਹਨਾਂ ਨੇ ਕਾਫੀ ਰਜਿਸਟ੍ਰੇਸ਼ਨ ਕਰਾਈ, ਕਾਫੀ ਕੁਐਸਚਨਸ ਵਗੈਰਾ ਉਹਨਾਂ ਨੇ ਸਾਡੇ ਤੋਂ ਰਿਟਰਨ ਦੇ ਵਿੱਚ, ਮਤਲਬ ਕਿ ਜੋ ਤੁਹਾਡੇ ਸ਼ੌਂਕ ਕੀ ਆ, ਹੋਬੀਜ਼ ਕੀ ਹੈ, ਸਬਜੈਕਟ ਕੀ ਹੈ, ਲਾਈਫ ਦੀ ਬਹੁਤ ਗੱਲਾਂ ਉਹਨਾਂ ਨੇ ਜਾਣਨ ਦੀ ਕੋਸ਼ਿਸ਼ ਕੀਤੀਆਂ। ਫਿਰ ਉਸ ਤੋਂ ਬਾਅਦ ਰਿਟਰਨ ਟੈਸਟ ਹੁੰਦਾ ਵੈ। ਰਿਟਰਨ ਟੈਸਟ ਦੇ ਵਿੱਚ ਤੁਹਾਡੇ ਤੋਂ 20 ਤੋਂ 25 ਕੁਐਸਚਨਸ ਪੁੱਛਦੇ ਆ, ਉਹਦੇ ਵਿੱਚ ਤੁਹਾਡਾ 80% ਰਿਜ਼ਲਟ ਵਧੀਆ ਆਉਣਾ ਜ਼ਰੂਰੀ ਹੈ। ਪਰਮਾਤਮਾ ਦੀ ਕਿਰਪਾ ਨਾਲ ਮੇਰਾ 80% ਤੋਂ ਵਧੀਆ ਰਿਜ਼ਲਟ ਆ ਗਿਆ ਔਰ 80% ਜਨਤਾ ਉੱਥੋਂ ਦੀ ਬਾਹਰ ਹੋ ਗਈ, ਕਿਉਂਕਿ ਬਹੁਤ ਜਣੇ ਪਾਰ ਨਹੀਂ ਕਰ ਪਾਏ ਅਤੇ ਅਸੀਂ 20% ਉੱਥੇ ਰਹਿ ਗਏ। ਹੁਣ ਉਹ ਜਿਹੜੇ 20% ਸੀ ਸਾਡੀ ਹੁਣ ਹੋਣੀ ਸੀ ਵੀਡੀਓ ਇੰਟਰਵਿਊ। ਵੀਡੀਓ ਇੰਟਰਵਿਊ ਦੇ ਵਿੱਚ ਕਿਸੇ ਦੀ ਅੱਧਾ ਘੰਟਾ ਹੋਵੇ, ਕਿਸੇ ਦੀ ਘੰਟਾ ਹੋਵੇ, ਮੇਰੀ ਖੁਦ ਦੀ ਵੀ ਘੰਟਾ ਸਵਾ ਘੰਟਾ ਵੀਡੀਓ ਇੰਟਰਵਿਊ ਹੋਈ। ਇਹ ਵਰਤ ਦਾ ਸਿਲਸਿਲਾ ਐਕਚੁਅਲੀ ਸੱਚ ਦੱਸ ਰਿਹਾ ਵਾ, ਮੈਂ ਵਰਤ ਬਾਰੇ ਦੱਸਣਾ ਨਹੀਂ ਚਾਹੁੰਦਾ ਸੀ ਕਿਉਂਕਿ ਇਹ ਇੱਕ ਭਗਤ ਅਤੇ ਪਰਮਾਤਮਾ ਦਾ ਇੱਕ ਬਹੁਤ ਹੀ ਪ੍ਰਾਈਵੇਟ ਮਤਲਬ ਮੈਟਰ ਹੈ ਇੱਕ ਭਗਤ ਅਤੇ ਪਰਮਾਤਮਾ ਦਾ। ਪਰ ਹੋਇਆ ਕਿ ਜਦੋਂ ਮੈਂ ਉੱਥੇ ਇੰਟਰਵਿਊ ਦਿਨ ਬੈਠਿਆ, ਉਹ ਮੈਨੂੰ ਕਹਿੰਦੇ ਕਿ ਤੁਸੀਂ ਬਹੁਤ ਕਮਜ਼ੋਰ ਲੱਗ ਰਹੇ ਹੋ ਅਤੇ ਬਹੁਤ ਥਕੇ ਹੋਏ ਲੱਗ ਰਹੇ ਹੋ। ਮੈਂ ਉਹਨਾਂ ਨੂੰ ਕਿਹਾ ਕਿ ਐਕਚੁਅਲੀ ਮੈਂ ਸਵੇਰ ਦਾ ਭੁੱਖਾ ਮੈਂ, ਅਤੇ ਉਹ ਹੈਰਾਨ ਹੋ ਗਏ, ਕਹਿੰਦੇ ਅਸੀਂ ਤਾਂ ਤੁਹਾਨੂੰ ਰਿਫਰੈਸ਼ਮੈਂਟ ਵਗੈਰਾ, ਲੰਚ ਵਗੈਰਾ ਤੁਹਾਨੂੰ ਪ੍ਰੋਵਾਈਡ ਕਰਵਾਇਆ ਸੀ। ਮੈਂ ਕਿਹਾ ਪਰ ਮੈਂ ਉਹ ਕੁਛ ਵੀ ਖਾਇਆ ਨਹੀਂ ਕਿਉਂਕਿ ਮੇਰੇ ਵਰਤ ਚੱਲ ਰਹੇ ਹੈ ਔਰ ਮੇਰੇ ਵਰਤ ਅੱਜ ਮੇਰੇ ਵਰਤ ਦਾ 37ਵਾਂ ਦਿਨ ਹੈ ਅਤੇ ਮੇਰਾ ਵਰਤ ਉਦੋਂ ਹੀ ਪੂਰਾ ਹੋਊਗਾ ਜਦੋਂ ਮੈਂ KBC ਸਰ ਦੇ ਸਾਹਮਣੇ ਬੈਠੂੰਗਾ। ਉਹ ਮੇਰੀ ਇਹੀ ਗੱਲ ਸੁਣ ਕੇ ਬਹੁਤ ਖੁਸ਼ ਹੋਏ, ਮਹਾਦੇਵ ਨੇ ਸ਼ਾਇਦ ਮੇਰੇ ਮੂੰਹ ਤੋਂ ਗੱਲ ਨਿਕਲਵਾਤੀ। ਫਿਰ ਉਹ ਮੈਨੂੰ ਕਹਿੰਦੇ ਤੁਸੀਂ ਇੱਥੇ ਲਿਖਿਆ ਆਇਆ ਗਿਆ ਤੁਸੀਂ ਟੈਲੈਂਟਡ ਹੋ, ਤੁਸੀਂ ਸਿੰਗਰ, ਗਾਣੇ ਗਾਉਣ ਵਾਲੇ। ਮੈਂ ਕਿਹਾ ਹਾਂ। ਉਹਨਾਂ ਨੂੰ ਇੱਕ ਗਾਣਾ ਸੁਣਾਇਆ, ਖੈਰੀਅਤ ਪੁੱਛੋ, ਗਾਣਾ ਸੁਣ ਕੇ ਹੋਰ ਵੀ ਖੁਸ਼ ਹੋ ਗਏ। ਫਿਰ ਨਿੰਬੂ ਪਾਣੀ ਵੀ ਪਿਆਇਆ ਕਿ ਬੰਦੇ ਨੇ ਵਰਤ ਰੱਖਿਆ ਹੋਇਆ ਵੈ। ਫਿਰ ਉਹਨਾਂ ਨੇ ਮੈਨੂੰ ਕਿਹਾ ਕਿ ਜੇ ਅਗਰ ਤੁਸੀਂ ਸਿਲੈਕਟ ਹੁੰਦੇ ਹੋ ਤਾਂ ਤੁਹਾਨੂੰ ਜੁਲਾਈ, ਅਗਸਤ, ਸਤੰਬਰ, ਅਕਤੂਬਰ, ਨਵੰਬਰ ਤੱਕ ਕਦੀ ਵੀ ਕੋਲ ਆ ਸਕਦਾ ਵੈ। ਮੈਂ ਵੀ ਸੋਚਿਆ ਸੀ ਜਦੋਂ ਵੀ ਕੋਲ ਆਊਗਾ ਉਦੋਂ ਮੇਰਾ ਵਰਤ ਪੂਰਾ ਹੋਊਗਾ, ਭਾਵੇਂ ਚਾਹੇ ਦਿਨ ਕਿੰਨੇ ਵਜੇ ਲੱਗ ਜਾਣ। ਪਰ 6 ਅਗਸਤ ਨੂੰ ਮੈਂ KBC ਵਿੱਚ ਅਮਿਤਾਭ ਬੱਚਨ ਸਰ ਦੇ ਸਾਹਮਣੇ ਬੈਠਾ ਹੋਇਆ ਸੀ। ਦਿਨ ਸੀ ਉਹ 97ਵਾਂ ਮੇਰੇ ਵਰਤ ਦਾ। ਅਮਿਤਾਭ ਬੱਚਨ ਸਰ ਨੇ ਆਪਣੇ ਹੱਥੋਂ ਰਸ ਮਲਾਈ ਦੇ ਨਾਲ ਮੇਰਾ ਵਰਤ ਸੰਪੂਰਨ ਕਰਾਇਆ ਔਰ ਇਹੀ ਮੇਰਾ ਇੱਕ ਉੱਥੋਂ ਦਾ ਬਹੁਤ ਵੱਡਾ ਮੂਮੈਂਟ, ਜ਼ਿੰਦਗੀ ਦਾ ਮੂਮੈਂਟ। ਜਿਵੇਂ ਕਿ ਭਗਵਾਨ ਨੇ ਜੋ ਵਰਦਾਨ ਦਿੱਤਾ ਹੋਵੇ, ਇੱਕ ਵਰਦਾਨ ਜਿਵੇਂ ਜਿਰੇ ਹੁੰਦੇ ਹੈ, ਮੇਰਾ ਵਰਤ ਸੰਪੂਰਨ ਕਰਵਾਇਆ। ਪਰ ਜਦੋਂ ਗੇਮ ਖੇਡਣ ਤੋਂ ਬਾਅਦ, ਜਿਵੇਂ ਕਿ ਤੁਸੀਂ ਗੇਮ ਦੇਖੀ ਮੇਰੀ ਸਾਰੀ ਗੇਮ TV 'ਤੇ, ਪਰ ਗੇਮ ਖੇਡਣ ਤੋਂ ਬਾਅਦ ਜਦੋਂ ਮੈਂ ਹੋਟਲ ਗਿਆ, ਵਾਪਸ ਗਿਆ, ਮੈਂ ਆਪਣੇ ਮਾਤਾ ਜੀ ਨੂੰ ਕਿਹਾ ਕਿ ਮੰਮਾ 97 ਦਿਨ ਤਾਂ ਹੋ ਗਏ ਸੀਗੇ, ਮੈਂ ਕਿਹਾ ਜੇ 108 ਦਿਨ ਹੀ ਹੋ ਜਾਂਦੇ ਤਾਂ ਹੋਰ ਵਧੀਆ ਹੁੰਦਾ। ਮੰਮਾ ਕਹਿੰਦੇ ਫਿਰ ਕੀ ਹੋ ਗਿਆ, ਤੂੰ ਤਾਂ ਰਸਮਲਾਈ ਖਾਈ ਹੈ। ਮੈਂ ਵੀ ਸੋਚਿਆ ਹਾਂ ਰਸਮਲਾਈ ਤਾਂ ਖਾਈ ਜਾ ਸਕਦੀ ਹੈ, ਮਾਤਾ ਜੀ ਨੇ ਰਸ। ਮੈਂ ਬਹੁਤ ਖੁਸ਼ ਹੋਇਆ, ਮੈਂ ਕਿਹਾ ਹਰ ਹਰ ਮਹਾਦੇਵ। ਮੈਂ ਕਿਹਾ ਹੁਣ ਮੈਂ 108 ਦਿਨ ਪੂਰੇ ਕਰੂੰਗਾ ਅਤੇ ਫਿਰ ਮੈਂ 20 ਅਗਸਤ ਨੂੰ ਆਪਣਾ ਵਰਤ ਪੂਰਨ ਕੀਤਾ। ਔਰ ਮੈਂ ਸਭ ਨੂੰ ਇਹੀ ਕਹਿਣਾ ਚਾਹੂੰਗਾ ਕਿ ਕੋਈ ਵੀ ਡੀਮੋਟੀਵੇਟ ਨਾ ਹੋ, ਜੇ ਤੁਸੀਂ KBC ਵਿੱਚ ਜਾਣਾ ਚਾਹੁੰਦੇ ਹੋ ਤਾਂ ਬਿਲਕੁਲ ਜਾ ਸਕਦੇ ਹੋ, ਬਸ ਕੋਸ਼ਿਸ਼ ਕਰੋ, ਪ੍ਰਯਾਸ ਕਰੋ, ਕਰਮ ਕਰੋ ਅਤੇ ਪਰਮਾਤਮਾ 'ਤੇ ਵਿਸ਼ਵਾਸ ਰੱਖੋ। ਕਿੰਨੀ ਦੇਰ ਤੋਂ ਟਰਾਈ ਕਰ ਰਹੇ ਸੀਗੇ, ਕਿੰਨੀ ਦੇਰ ਤੋਂ ਸੁਪਨਾ ਸੀਗਾ ਕਿ KBC ਦੇ ਵਿੱਚ ਜਾਣਾ, ਹੌਟ ਸੀਟ 'ਤੇ ਬੈਠਣਾ, ਸਾਹਮਣੇ ਅਮਿਤਾਭ ਬੱਚਨ ਸਰ ਹੋਣਗੇ? ਮੈਂ 2013 ਤੋਂ ਟਰਾਈ ਕਰ ਰਿਹਾ ਸੀ, 2013 ਤੋਂ ਲੈ ਕੇ 2024, 11 ਸਾਲ ਹੋ ਗਏ। ਇਹਨਾਂ ਸਾਲਾਂ ਦੇ ਵਿੱਚ 2 ਵਾਰ ਮੌਕਾ ਬਣਿਆ ਵੀ ਸੀ, ਪਹਿਲਾਂ ਇੱਕ ਵਾਰ ਤਾਂ ਪਹਿਲੀ ਵਾਰੀ 'ਚ ਮੈਨੂੰ ਕੋਲ ਆ ਗਏ ਸੀ 2013 ਵਿੱਚ, ਪਰ ਐਕਸਾਈਟਿਡ ਇੰਨਾ ਹੋ ਗਿਆ ਕਿ ਇੱਕ ਕੁਐਸਚਨ ਦੇ ਵਿੱਚ ਮੈਂ 15 ਸੈਕਿੰਡ ਦੀ ਲਿਮਿਟੇਸ਼ਨ ਸੀ ਕਿ 15 ਸੈਕਿੰਡ ਦੇ ਵਿੱਚ ਜਵਾਬ ਦੇਣਾ ਹੁੰਦਾ, 15 ਸੈਕਿੰਡ ਟੱਪ ਗਿਆ, ਸੋਚਣ ਦੇ ਟਾਈਮ ਬਹੁਤ ਲੱਗਿਆ, ਇੱਕ ਤਾਂ ਜਲਦਬਾਜ਼ੀ 'ਤੇ ਮੇਰਾ ਸਵਾਲ ਗਲਤ ਹੋ ਗਿਆ ਅਤੇ ਉਹ ਮੈਂ ਕੋਲ ਆਇਆ ਨਹੀਂ, ਮੈਨੂੰ ਉਹਨਾਂ ਦਾ ਫਿਰ ਵਾਪਸੀ। ਇੱਕ ਮੈਨੂੰ 2022 ਵਿੱਚ ਕੋਲ ਆ ਗਿਆ ਸੀ, ਮੇਰਾ ਫੋਨ ਬਿਜ਼ੀ ਜਾ ਰਿਹਾ ਸੀ, ਮੈਂ ਸੋਚਿਆ ਸੀ ਚੱਲ ਦੁਬਾਰਾ ਤੋਂ ਫਿਰ ਕੋਲ ਆ ਜਾਊਗਾ, ਪਰ ਬਾਅਦ 'ਚ ਜੋ ਟਰੂ ਕਾਲਰ 'ਤੇ ਦੇਖਿਆ ਤਾਂ ਦੇਖਿਆ ਸੋਨੀ ਤੋਂ ਫੋਨ ਆਇਆ ਹੋਇਆ ਸੀ, ਪਰ ਵਿਸ਼ਵਾਸ ਸੀ, ਮੈਂ ਸੋਚਿਆ ਕੋਈ ਗੱਲ ਨਹੀਂ, ਇੰਡੀਕੇਸ਼ਨ ਆ ਰਹੇ ਹੈ ਮੈਨੂੰ ਕਿ ਮੈਂ ਆਊਂਗਾ। ਫਿਰ ਮੈਂ 6 ਅਗਸਤ ਨੂੰ
ਅਮਿਤਾਭ ਬੱਚਨ ਦੇ ਸਾਹਮਣੇ ਹੋਟ ਸੀਟ ਤੇ ਬੈਠਿਆ ਤੇ ਪਰਮਾਤਮਾ ਦੀ ਕਿਰਪਾ ਦੇ ਨਾਲ ਵਧੀਆ ਤਰੀਕੇ ਦੇ ਨਾਲ ਮੈਂ ਆਪਣੀ ਇਹ ਗੇਮ ਖੇਡ ਕੇ ਆਇਆ। ਮਾਤਾ ਜੀ ਦਾ ਵੀ ਸੁਪਨਾ ਸੀਗਾ ਕਿ KBC ਦੇ ਵਿੱਚ ਸਟ੍ਰੀਮ ਪਹੁੰਚੇ, ਉਹ ਮਾਤਾ ਜੀ ਦਾ ਵੀ ਸੁਪਨਾ ਪੂਰਾ ਹੋਇਆ, ਕਾਫੀ ਕਿੰਨੇ ਖੁਸ਼ੀ। ਮੇਰੇ ਤੋਂ ਵੱਡਾ ਸੁਪਨਾ ਮੇਰੇ ਮਾਤਾ ਜੀ ਦਾ ਹੀ ਸੀ। ਮੈਂ ਤਾਂ ਫਿਰ ਵੀ ਕਦੀ ਕਦੀ 9 ਵਜੇ ਕਦੀ ਦੋਸਤਾਂ ਦੇ ਨਾਲ ਕਿਤੇ ਚਲੇ ਜਾਣਾ ਜਾਂ ਕਿਸੇ ਪ੍ਰੋਗਰਾਮ ਕਿਸੇ ਕੰਮ ਤੇ ਚਲੇ ਜਾਣਾ, ਮੈਂ ਇੰਨਾ ਸੀਰੀਅਸ ਨਹੀਂ ਸੀ KBC ਨੂੰ ਲੈ ਕੇ। ਮੇਰੇ ਮੰਮਾ ਬਹੁਤ ਹੀ ਜ਼ਿਆਦਾ ਡਾਈ ਹਾਰਡ ਫੈਨ KBC ਦੇ, ਪਹਿਲੇ ਸੀਜ਼ਨ ਤੋਂ ਲੈ ਕੇ ਹੁਣ ਤੱਕ। ਪਹਿਲਾਂ ਉਹ ਕੋਸ਼ਿਸ਼ ਕਰਦੇ ਸੀ ਕਦੀ ਜਾਣ ਦੀ, ਪਰ ਆਪ ਨਹੀਂ ਗਏ, ਪਰ ਉਹਨਾਂ ਸੁਪਨਾ ਫਿਰ ਮੇਰੇ 'ਤੇ ਵੀ ਸ਼ਿਫਟ ਕਰ ਲਿਆ ਕਿ ਮੇਰਾ ਪੁੱਤ ਜਾਵੇ, ਕਿਉਂਕਿ ਜਦੋਂ ਮੈਂ ਨੋਰਮਲੀ ਜਦੋਂ ਵੀ ਘਰ ਵਿੱਚ KBC ਖੇਡਦਾ ਸੀ, ਮੇਰੇ ਜ਼ਿਆਦਾਤਰ ਆਂਸਰ ਸਹੀ ਹੀ ਹੁੰਦੇ ਸੀਗੇ, 80-90% ਮੇਰੇ ਆਂਸਰ। ਮੈਂ ਕਰੋੜ ਵਾਲੇ ਵੀ ਖੇਡ ਜਾਂਦਾ ਸੀ ਕੁਸ਼ਚਨ, ਪਰ ਖੇਡਣ ਮੈਂ ਉੱਥੇ ਵੀ ਖੇਡ ਸਕਦਾ ਸੀਗਾ, ਰਿਸਕ ਲੈ ਸਕਦਾ ਸੀ, ਪਰ ਇਹ ਉਹ ਜਿਹੜਾ ਫਰਕ ਹੈ ਨਾ ਕਿ ਘਰ ਵਿੱਚ ਖੇਡਣ ਦਾ ਫਰਕ ਅਤੇ ਉੱਥੇ ਜਾ ਕੇ ਸਾਕਸ਼ਾਤ ਖੇਡਣ ਦਾ ਫਰਕ, ਉੱਥੇ ਸਮਝ ਆਇਆ। ਉੱਥੇ ਵੀ ਰਿਸਕ ਲੈਣ ਦੀ ਉਹ ਹਿੰਮਤ ਨਹੀਂ ਪਈ, ਮੈਨੂੰ ਲੱਗਿਆ ਕਿ ਹਜੇ ਮੈਂ ਜਿੱਤਦਾ ਹੀ ਪਿਆ, ਮੈਂ ਨੀਚੇ ਡਿੱਗਣਾ ਨਹੀਂ ਚਾਹੁੰਦਾ ਹੈਗਾ, ਮੈਂ ਹਾਰਨਾ ਨਹੀਂ ਚਾਹੁੰਦਾ ਹੈਗਾ ਅਤੇ ਮੈਂ ਜਿੱਤਦਾ ਹੀ ਜਾਵਾਂ। ਅਤੇ ਭਾਵੇਂ ਮੈਂ 12 ਲੱਖ ਪਿਆ ਹਜ਼ਾਰ ਪਲੱਸ 1.5 ਲੱਖ ਇੱਕ ਮੈਂ ਦੁਗਣਾ ਸਤਰ ਤੋਂ ਦੇਖਿਆ, ਉਹ ਦੁਗਣਾ ਸਤਰ ਵੀ ਮੈਨੂੰ ਮਿਲਿਆ, ਕੁਛ ਪ੍ਰਾਈਜ਼ ਮਨੀ ਵੀ ਆਈ, ਏਸ਼ੀਅਨ ਪੇਂਟ ਵੱਲੋਂ ਆਇਆ, ਇੱਕ ਉਹ ਪੱਖਾ ਆਇਆ, ਕਾਫੀ ਵੱਡਾ ਪੱਖਾ ਆਇਆ ਵੈ, 2 ਸਾਲ ਦਾ ਘਿਓ ਆ ਗਿਆ, ਸੋਨੇ ਦਾ ਕੁਆਇਨ ਆ ਗਿਆ। ਮੈਂ ਇਸ ਚੀਜ਼ ਨੂੰ ਬਹੁਤ ਕਈ ਲੋਕ ਕਹਿੰਦੇ ਆ ਸ਼੍ਰੀ ਮਸਤ ਤੇਰੇ ਤੋਂ 1 ਕਰੋੜ ਦੀ 50 ਲੱਖ ਦੀ ਐਕਸਪੈਕਟੇਸ਼ਨ ਕਰਦੇ ਸੀ, ਮੈਂ ਉਹਨਾਂ ਨੂੰ ਇਹ ਕਹਿੰਦਾ ਕਿ ਲਵੀ ਮੈਨੂੰ ਜਿੰਨਾ ਮਿਲਿਆ ਮੈਂ ਤਾਂ ਇਹਦੇ ਵਿੱਚ ਬਹੁਤ ਸੰਤੁਸ਼ਟ ਹੈ, ਕਿਉਂਕਿ ਇੰਨਾ ਵੀ ਸੋਚਿਆ ਨਹੀਂ ਸੀ, ਮੈਂ ਤਾਂ ਮਾਤਰ ਕੋਸ਼ਿਸ਼ ਕਰ ਰਿਹਾ ਸੀ, ਸਪਨਾ ਮੇਰੀ ਮਾਤਾ ਦਾ ਸੀ। ਪਰ ਜਦੋਂ ਉਸ ਮੰਚ 'ਤੇ ਪਹੁੰਚਿਆ, ਜੋ ਮੈਂ ਖੁਦ ਨਹੀਂ ਸੋਚਿਆ ਸੀ, ਜੋ ਮੇਰੇ ਸਰੀਰ ਨੇ ਉਸ ਸਮੇਂ ਫੀਲ ਕੀਤਾ ਕਿ ਇੱਕ ਅਲੱਗ ਹੀ ਦੁਨੀਆ ਵਿੱਚ ਮੈਂ ਸੀ, ਸੁਪਨੇ ਦੀ ਦੁਨੀਆ, ਇੱਕ ਵਰਦਾਨ ਦੀ ਦੁਨੀਆ ਮੈਂ ਜੀ ਰਿਹਾ ਸੀ, ਸਭ ਇਹ ਬਸ ਮੈਂ ਕਹੂੰਗਾ ਭੋਲੇਨਾਥ ਦੀ ਕਿਰਪਾ, ਮੇਰੇ ਮਾਤਾ ਪਿਤਾ ਮੇਰੇ ਪਰਿਵਾਰ ਦੀ ਕਿਰਪਾ ਨਾਲ ਸਭ ਪੋਸੀਬਲ ਹੋ ਗਿਆ। ਤਿਆਰੀ ਕੀਤੀ ਸੀ ਪਹਿਲਾਂ ਕੋਈ ਜਾਂ ਬਿਨਾਂ ਤਿਆਰੀ ਤੋਂ? ਮੈਂ ਬਚਪਨ ਤੋਂ ਹੀ ਸਕੂਲ ਟਾਈਮ ਤੋਂ ਹੀ ਮੇਰਾ ਜਨਰਲ ਨੌਲੇਜ ਵਾਲੇ ਪਾਸੇ ਬਹੁਤ ਰੁਝਾਨ ਰਿਹਾ, ਜਨਰਲ ਨੌਲੇਜ, ਕਰੰਟ ਅਫੇਅਰ, ਜੀਓਗ੍ਰਾਫੀ, ਹਿਸਟਰੀ, ਸਾਇੰਸ, ਮਤਲਬ ਮਜ਼ਾ ਆਉਂਦਾ ਸੀ ਮੈਨੂੰ ਨੌਲੇਜ। ਬੱਚੇ ਤਾਂ ਛੋਟੇ ਹੁੰਦੇ ਕਾਰਟੂਨ TV ਦੇਖਦੇ ਹੈ, ਮੋਗਲੀ ਦੇਖਦੇ ਹੈ, ਅਲਿਫ ਲੈਲਾ ਦੇਖਦੇ, ਸ਼ਕਤੀਮਾਨ, ਮੈਂ ਜ਼ਿੰਦਗੀ ਦੀ ਸ਼ਕਤੀਮਾਨ ਨਹੀਂ ਦੇਖਿਆ, ਮੈਂ ਨੈਸ਼ਨਲ ਜੀਓਗ੍ਰਾਫਿਕ ਚੈਨਲ, ਹਿਸਟਰੀ, ਡਿਸਕਵਰੀ TV, ਹਿਸਟਰੀ TV, ਇਹੀ ਚੀਜ਼ਾਂ ਦੇਖੀਆਂ ਤਾਂ ਉਹੀ ਚੀਜ਼ਾਂ ਕੰਮ ਆਈਆਂ ਮੇਰੇ 'ਚ। ਤੁਸੀਂ ਤੁਹਾਡਾ ਸਾਰੀ ਪਰਿਵਾਰ ਦੀ ਸੇਵਾ ਇਸ ਮੰਦਿਰ ਦੇ ਵਿੱਚ, ਸ਼ਿਵਾਲਾ ਦੇ ਵਿੱਚ, ਤੁਸੀਂ ਵੀ ਇੱਥੇ ਜੋਤਿਸ਼ ਵੀ ਸਿੱਖਿਆ, ਜੋਤਿਸ਼ ਕਿਹਤੋਂ ਸਿੱਖਿਆ ਗਿਆ? ਪਿਤਾ ਜੀ ਤੋਂ, ਕਿਉਂਕਿ ਪਿਤਾ ਜੀ ਫੇਮਸ ਜੋਤਿਸ਼ ਨੇ। ਹਾਂਜੀ, ਸ਼ਿਵਾਲਾ ਮੰਦਿਰ ਜਾਵਾਂਗੇ, ਤੁਹਾਨੂੰ ਪਤਾ ਹੈ ਕਿ ਆਪਣੇ ਸ਼ਹਿਰ ਦਾ ਸਭ ਤੋਂ ਪ੍ਰਾਚੀਨ ਸ਼ਿਵ ਮੰਦਿਰ ਹੈ। ਪਿਛਲੇ 100 ਸਾਲ ਤੋਂ ਸਾਡੇ ਪਰਿਵਾਰ ਦੀ 4 ਪੀੜ੍ਹੀਆਂ ਇਸ ਮੰਦਿਰ ਦੀ ਸੇਵਾ ਕਰ ਰਹੀਆਂ, ਔਰ ਇਸ ਮੰਦਿਰ ਦੀ ਸੇਵਾ ਦੇ ਕਾਰਨ ਹੀ ਸਾਨੂੰ ਜੋਤਿਸ਼ ਵਿੱਦਿਆ ਮਿਲੀ, ਮੇਰੇ ਪਿਤਾ ਜੀ ਨੂੰ, ਮੇਰੇ ਦਾਦਾ ਜੀ ਨੂੰ, ਔਰ ਪਰਮਾਤਮਾ ਦੀ ਕਿਰਪਾ ਦੇ ਨਾਲ ਮੇਰੇ ਪਿਤਾ ਜੀ ਨੇ ਜੋਤਿਸ਼ ਦੇ ਖੇਤਰ ਦੇ ਵਿੱਚ ਬਹੁਤ ਤਗੜਾ ਨਾਮ ਕਮਾਇਆ। ਮਤਲਬ ਸਾਰੇ KBC ਜਾਂਚ ਕੋਈ ਮੰਤਰ ਵੀ ਮਾਰਿਆ? ਮੈਨੂੰ ਵਿਸ਼ਵਾਸ ਸੀਗਾ, ਇਹੀ ਦਾ ਵਿਸ਼ਵਾਸ ਸੀ ਨਾ, ਇਹੀ ਮੈਨੂੰ ਆਪਣੇ ਇੱਕ ਮੇਰੇ ਪਿਤਾ ਜੀ ਮੈਨੂੰ ਬਚਪਨ ਤੋਂ ਕਹਿੰਦੇ ਸੀਗੇ ਕਿ ਤੈਨੂੰ ਜ਼ਿੰਦਗੀ ਦੇ ਵਿੱਚ ਕਦੇ ਨਾ ਕਦੇ ਅਚਾਨਕ ਧਨ ਲੱਭ ਹੋਊਗਾ, ਅਚਾਨਕ ਧਨ ਲੱਭ ਕੀ ਜਿਵੇਂ ਲੋਟਰੀ ਨਿਕਲ ਆਉਣਾ, ਹੁਣ ਅਚਾਨਕ ਆ ਗਿਆ ਨਾ ਮੇਰੇ ਕੋਲ 14 ਲੱਖ ਇਕੱਠਾ ਆ ਗਿਆ ਮੇਰੇ ਕੋਲ। ਦੂਜੀ KBC ਦੇ ਵਿੱਚ ਜੋਤਿਸ਼ ਨੂੰ ਲੈ ਕੇ ਕੋਈ ਐਕਸਟਰਾ ਬੈਨੀਫਿਟ ਮਿਲਿਆ? ਬਹੁਤ ਬੈਨੀਫਿਟ ਮਿਲਿਆ, ਕਿਉਂਕਿ ਅਮਿਤਾਭ ਬੱਚਨ ਸਰ ਇੱਕ ਤਾਂ ਖੁਦ ਜੋਤਿਸ਼ ਨੂੰ ਬਹੁਤ ਮੰਨਦੇ, ਉਹਨਾਂ ਹੱਥ 'ਚ ਨੀਲਮ ਪਾਇਆ ਹੈ, ਜਦੋਂ ਉਹਨਾਂ ਦਾ ਡਾਊਨਫਲ ਆ ਗਿਆ ਸੀ ਉਹਨਾਂ ਨੇ ਨੀਲਮ ਪਾਇਆ ਸੀ, ਔਰ ਉਹਨਾਂ ਨੇ ਸਾਰਿਆਂ ਸਾਹਮਣੇ ਮੇਰੇ ਤੋਂ ਪੁੱਛਿਆ ਵੀ ਸੀ ਸੀਟ 'ਤੇ, ਹੋਰ ਸੀਟ 'ਤੇ, ਤੋ ਸ਼੍ਰੀਮ ਸ਼ਰਮਾ ਜੀ ਬਤਾਈਏ ਹਮਾਰੀ ਕੁੰਡਲੀ ਕੇ ਬਾਰੇ ਮੈਂ ਕੁਛ। ਸਭ ਤੋਂ ਪਹਿਲਾਂ ਤਾਂ ਮੈਂ ਹੱਸ ਕੇ ਬੋਲਿਆ, ਮੈਂ ਕਿਹਾ ਸਰ ਆਪਕੇ ਬਾਰੇ ਮੈਂ ਸਰ ਬਤਾ ਨਹੀਂ, ਕਿਆ ਜ਼ਰੂਰਤ ਆਪਕੀ ਖੁੱਲ੍ਹੀ ਕਿਤਾਬ, ਆਪਕਾ ਤੋ ਭਵਿਸ਼ ਪਹਿਲੇ ਸੀ ਬਹੁਤ ਉਜਵਲ ਹੈ। ਮੈਂ ਕਿਹਾ ਪਰ ਫਿਰ ਵੀ ਬਾਅਦ ਵਿੱਚ ਜਦੋਂ ਆਫ ਦੀ ਕੈਮਰਾ ਗੱਲਬਾਤ ਹੋਈ, ਮੈਂ ਕਿਹਾ ਸਰ ਜੋ ਉਹਨਾਂ ਨੇ ਕੁੰਡਲੀ ਆਪਣੀ ਦਿਖਾਈ ਮੈਨੂੰ, ਮੈਂ ਕਿਹਾ ਸਰ ਇੱਕ ਤਾਂ ਆਪਣੀ ਹੈਲਥ ਦਾ ਧਿਆਨ ਰੱਖਣਾ, ਸਭ ਤੋਂ ਕ੍ਰੂਸ਼ਲ ਹੈਲਥ ਹੈ ਤੁਹਾਡੀ ਸਭ ਤੋਂ, ਇਸੇ ਜਗ੍ਹਾ ਤੁਸੀਂ ਕਿਤੇ ਇਨਵੈਸਟ ਕਰਨਾ ਚਾਹੋ, ਬਸ ਆ ਕੇ 3 ਚੀਜ਼ਾਂ, ਕਿਉਂਕਿ ਉਹਨਾਂ ਕੋਲ ਜ਼ਿਆਦਾ ਸਮੇਂ ਨਹੀਂ ਹੁੰਦਾ ਕਿਤੇ ਜ਼ਿਆਦਾ ਬੈਠਣ ਦਾ। ਉਸ ਤੋਂ ਬਾਅਦ ਉਹਨਾਂ ਨੇ ਕਿਤੇ ਹੋਰ ਸ਼ੂਟਿੰਗ ਜਾਣਾ ਸੀਗਾ, ਆਪਾਂ ਕਹਿ ਦਿੰਦੇ ਹਾਂ ਕਿ ਉਹ ਕਰੋੜਾਂ ਰੁਪਏ ਲੈਂਦੇ ਆ, ਪਰ ਮੈਂ ਆਪਣੀ ਅੱਖਾਂ ਨਾਲ ਦੇਖ ਕੇ ਆਇਆ ਕਿ ਇੰਨੀ ਉਮਰ ਦੇ ਵਿੱਚ ਇੰਨੀ ਜ਼ਿਆਦਾ ਐਨਰਜੀ ਭੱਜਦੇ ਰਹਿਣਾ ਅਤੇ ਬੋਲਦੇ ਰਹਿਣਾ, ਹੁਣ ਮੈਂ ਤੁਹਾਡੇ ਨਾਲ ਬੋਲਦਾ ਪਿਆ, ਗੱਲਾਂ ਸੁੱਕਦਾ ਪਾਣੀ ਪੀਣ ਨੂੰ ਮਨ ਕਰਦਾ ਪਿਆ, ਉਹ ਦੋ ਤਿੰਨ ਘੰਟੇ ਬੋਲਦੇ, ਪੂਰਾ ਦਿਨ ਬੋਲਦੇ, ਐਕਟਿੰਗ ਕਰਨਾ ਉਹ ਆਸਾਨ ਕੰਮ ਨਹੀਂ। ਅਮਿਤਾਭ ਬੱਚਨ ਸਰ ਦੀ ਇੱਕ ਝਲਕ ਦੇਖਣਾ ਲੋਕਾਂ ਦਾ ਸੁਪਨਾ ਹੈ, ਤੁਸੀਂ ਉਹ ਸ਼ਖਸ ਹੋ ਜਿਨ੍ਹਾਂ ਨੇ ਉਹਨਾਂ ਦੀ ਕੁੰਡਲੀ ਵੀ ਦੇਖੀ ਹੈ?
ਬਸ ਇਹੀ ਤਾਂ ਭੋਲੇਨਾਥ ਦੀ ਕਿਰਪਾ, ਇਹੀ ਤਾਂ ਮੈਂ ਕਹਿੰਦਾ ਨਾ ਕਿ ਭਗਤੀ ਕਰੋ, ਜਿਸ ਤਰੀਕੇ ਨਾਲ ਤੁਹਾਨੂੰ ਭਗਤੀ ਕਰਨਾ ਪਸੰਦ ਹੈ ਉਹ ਕਰੋ। ਮੈਨੂੰ ਭਗਤੀ ਵਰਤ ਨਾਲ ਪਸੰਦ ਹੈ, ਮੈਂ ਤੋਂ ਟੁੱਟ ਟੁੱਟ ਕੇ ਵਰਤ ਨਹੀਂ ਰੱਖੇ ਜਾਂਦੇ ਸੀ ਮੈਂ ਸੋਮਵਾਰ ਦਾ, ਮੇਰੀ ਆਦਤ ਹੈ ਜੋ ਕੰਮ ਕਰਨਾ ਇਕੱਠਾ ਕਰ ਲਓ, ਇਸ ਲਈ ਮੈਂ ਹਰ ਸਾਲ ਸਾਵਨ ਦੇ ਮਹੀਨੇ ਰੱਖਦਾ ਸੀਗਾ, ਵਰਤ ਰੱਖਦਾ। KBC ਦੇ ਵਿੱਚ ਇਸ ਸੈੱਟ 'ਤੇ ਤੁਹਾਨੂੰ ਕੁੰਡਲੀ ਦਿਖਾਉਣ ਦਾ ਉਹਨਾਂ ਨੇ ਪ੍ਰਪੋਜ਼ ਕੀਤਾ ਜੀ, ਮੇਰੀ ਕੁੰਡਲੀ ਤੁਸੀਂ ਦੇਖਦੇ ਹੋ ਜਾਂ ਉਸ ਤੋਂ ਬਾਅਦ ਆਪਾਂ ਜਾਣਕਾਰੀ ਵੀ ਮਿਲੀ ਹੈ ਸਪੈਸ਼ਲ ਤੋਂ? ਨਹੀਂ, ਸੈੱਟ 'ਤੇ ਉਹਨਾਂ ਨੇ ਪੁੱਛਿਆ ਜ਼ਰੂਰ ਸੀ, ਪਰ ਉਹਨਾਂ ਨੇ ਓਨ ਏਅਰ ਨਹੀਂ ਕੀਤਾ ਉਹ ਗੱਲ, ਅਤੇ ਮੈਂ ਵੀ ਕਹਿ ਸਾਰੇ ਮੇਰਾ ਸੌਭਾਗਿਆ ਹੋਊਗਾ ਜ਼ਰੂਰ। ਅਤੇ ਉਸ ਤੋਂ ਬਾਅਦ ਜੋ ਕੁੰਡਲੀ ਦਿਖਾਈ ਉਹਨਾਂ ਨੇ, ਕੁੰਡਲੀ ਜਿਹੜੀ ਉਹਨਾਂ ਦੀ, ਹਾਲਾਂਕਿ ਇੰਟਰਨੈਟ 'ਤੇ ਵੀ ਅਵੇਲੇਬਲ ਉਹ ਸਾਰੀ ਕੁੰਡਲੀ ਹੈ ਨਹੀਂ, ਪਰ ਉਹਨਾਂ ਨੇ ਮੈਨੂੰ ਆਪਣੀ ਡਿਟੇਲਸ ਕੋਈ ਨਹੀਂ, ਜਿਵੇਂ ਹੁੰਦਾ ਨਾ ਬਰਥ ਟਾਈਮ ਵਗੈਰਾ, ਉਸੇ ਤਾਂ ਕੁੰਡਲੀ ਸ਼ੋਅ ਕਰਤੀ। ਅਤੇ ਮੈਂ ਜਿਹੜੀ ਦੋ ਤਿੰਨ ਗੱਲਾਂ ਕਿ ਸਰ ਆਪਣੀ ਹੈਲਥ ਦਾ ਧਿਆਨ ਰੱਖਣਾ, ਕਿਸੇ ਚੀਜ਼ 'ਤੇ ਇਨਵੈਸਟ ਕਰਨਾ ਚਾਹੁੰਦੇ ਤਾਂ ਇਨਵੈਸਟਿੰਗ ਲਈ ਚੰਗਾ ਟਾਈਮ ਚੱਲਦਾ ਪਿਆ, ਉਹਨੇ ਪਰਮਾਤਮਾ ਜਾ। ਹੋਰ ਬੈਸਟ ਮੂਮੈਂਟ ਉੱਥੇ ਕਿਹੜੇ ਕਿਹੜੇ ਸੀ, ਕਿਉਂਕਿ ਸੁਪਨਾ ਹੁੰਦਾ ਕਿ KBC ਦੇ ਵਿੱਚ ਜਾਣ ਦਾ? ਬੈਸਟ ਮੂਮੈਂਟ ਇਹੀ ਸੀਗਾ ਕਿ ਉਹਨਾਂ ਦੇ ਸਾਹਮਣੇ ਬੈਠਣਾ। ਅੱਛਾ, ਮੇਰੀ ਇੱਕ ਦਿਨ ਪਹਿਲਾਂ ਮੈਨੂੰ ਉਹਨਾਂ ਨੇ ਪੂਰੀ ਸ਼ੂਟਿੰਗ ਕਰਾਈ, ਫਿਲਮ ਸਿਟੀ ਮੈਨੂੰ ਲੈ ਗਏ, ਕੁਛ ਜਿਵੇਂ ਖਾਣ ਪੀਣ ਦੀ ਸ਼ੂਟਿੰਗ ਕਰਵਾਉਣੀ, ਜਾਂ ਮੈਂ ਫਲ ਖਾ ਰਿਹਾ, ਮੈਂ ਰੈਸਟੋਰੈਂਟ 'ਤੇ ਬੈਠਾ ਮੈਂ, ਜਾਂ ਮੈਂ ਰੂਮ ਦੇ ਵਿੱਚ ਬੈਠਾ, ਇੱਕ ਐਕਟਰ ਵਾਲੀ ਲਾਈਫ ਵੀ ਜੀ ਕੇ ਆਇਆ ਮੈਂ। ਮੈਨੂੰ ਐਂ ਲੱਗਿਆ ਮੈਂ KBC 'ਚ ਨਹੀਂ ਆਇਆ, ਮੈਂ ਇੱਥੇ ਕੋਈ ਐਕਟਿੰਗ ਕਰਨ ਆਇਆ ਮੈਂ। ਅਤੇ ਇਹ ਜ਼ਿੰਦਗੀ ਦਾ ਇੱਕ, ਮੈਂ ਕਹੂੰਗਾ ਕਿ ਇਹ ਪੂਰੀ ਜ਼ਿੰਦਗੀ ਦਾ ਇੱਕ ਸੁਪਨਾ, ਇੱਕ ਲਾਈਫ ਟਾਈਮ ਅਚੀਵਮੈਂਟ ਜਾਂ ਲਾਈਫ ਟਾਈਮ ਮੂਮੈਂਟ ਹੈ ਮੈਨੂੰ, ਮੈਂ ਕਹਿ ਸਕਦਾ ਉਸਦਾ। ਹੋਰ ਕੀ ਉੱਥੇ ਤੁਹਾਨੂੰ ਫਰੈਂਡ ਵੀ ਬਣੇ ਹੋਣੇ ਆ, ਹੋਰ KBC ਦੀ ਕੋਈ ਯਾਦਗਾਰ? ਜੋਤਿਸ਼ ਕਰਕੇ ਨਾ, ਕਿਉਂਕਿ ਜੋਤਿਸ਼ ਇੱਕ ਇਹੋ ਜਿਹਾ ਸਬਜੈਕਟ ਹੈ ਕਿ ਜਿਹੜਾ ਸਭ ਨੂੰ ਲੁਭਾਉਂਦਾ ਹੈ, ਅਟਰੈਕਟ ਕਰਦਾ ਹੈ, ਭਾਵੇਂ ਕੋਈ ਮੰਨੇ ਨਾ ਮੰਨੇ, ਉਹ ਇੱਕ ਅਲੱਗ ਗੱਲ ਹੈ। ਅਤੇ ਕ੍ਰਿਊ ਦੇ ਵਿੱਚ ਕਈ ਮੰਨਦੇ ਸੀ, ਨਹੀਂ ਵੀ ਮੰਨਦੇ ਸੀ, ਜਿਨ੍ਹਾਂ ਨੇ ਜਿਹੜੇ ਮੰਨਦੇ ਸੀ ਉਹਨਾਂ ਬਾਰੇ ਵੀ ਉਹਨਾਂ ਨਾਲ ਦੋਸਤੀ ਹੋਈ ਜੋਤਿਸ਼ ਦੇ ਥਰੂ, ਅਤੇ ਜਿਹੜੇ ਨਹੀਂ ਮੰਨਦੇ ਸੀ ਉਹਨਾਂ ਨਾਲ ਵੀ ਦੋਸਤੀ ਹੋਈ, ਕਿਉਂਕਿ ਉਹ ਵੀ ਕਹਿੰਦੇ ਆ ਕਿ, ਕਿਉਂਕਿ ਜਦੋਂ ਆਪਾਂ ਕਿਸੇ ਗਲਤ ਇਨਸਾਨ ਨਾਲ ਮਿਲਦੇ ਆਪਾਂ ਨੂੰ ਲੱਗਦਾ ਕਿ ਇਹ ਚੀਜ਼ ਬਕਵਾਸ ਹੈ, ਪਰ ਜਦੋਂ ਆਪਾਂ ਕਿਸੇ ਵਧੀਆ ਬੰਦੇ ਨਾਲ ਮਿਲਦੇ ਆਪਾਂ ਨੂੰ ਲੱਗਦਾ ਕਿ ਨਹੀਂ ਯਾਰ ਇਹ ਚੀਜ਼ ਸਹੀ ਹੈ, ਬਸ ਤੁਸੀਂ ਇਹ ਕਹਿ ਸਕਦੇ ਹੋ, ਕੁਛ ਐਵੇਂ ਰਿਹਾ ਮੇਰਾ। ਜਿਹੜੇ ਲੋਕ KBC ਲਈ ਟਰਾਈ ਕਰ ਰਹੇ ਆ, ਲੱਖਾਂ ਕਰੋੜਾਂ ਲੋਕ KBC ਲਈ ਟਰਾਈ ਕਰ ਰਹੇ ਆ, ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਕਿ ਕਿੱਦਾਂ ਦੀ ਤਿਆਰੀ ਕਰਨ ਉਹ ਅਗਰ KBC ਦੇ ਵਿੱਚ ਜਾਣਾ? ਉਹਨਾਂ ਨੂੰ ਮੈਂ ਇਹੀ ਕਹਿਣਾ ਚਾਹੂੰਗਾ ਕਿ ਬਸ ਕਰਮ ਕਰਦੇ ਰਹੋ, ਕੋਸ਼ਿਸ਼ ਕਰਦੇ ਰਹੋ, ਔਰ ਵਿਸ਼ਵਾਸ ਰੱਖੋ, ਕੰਮ ਤੁਹਾਡਾ ਜ਼ਰੂਰ ਬਣੂਗਾ। ਇਸ ਤਰ੍ਹਾਂ ਦੀ ਨੌਲੇਜ ਲੈ ਕੇ ਜਾਣ, ਉਹ ਕੁਐਸਚਨ ਹਰ ਪ੍ਰਕਾਰ ਦੀ ਨੌਲੇਜ, KBC ਦੇ ਵਿੱਚ ਕੋਈ ਫਿਕਸ ਚੀਜ਼ ਨਹੀਂ ਹੈ, ਤੁਸੀਂ ਦੇਖਿਆ ਉਹਦੇ ਵਿੱਚ ਧਾਰਮਿਕ ਕੁਐਸਚਨ ਵੀ ਆ ਜਾਂਦੇ ਹੈ, ਉਹਦੇ ਵਿੱਚ ਪੁਰਾਣਾ ਤੋਂ ਕੁਐਸਚਨ ਵੀ ਹੈ, ਗ੍ਰੰਥਾਂ ਤੋਂ, ਵੀਰਗਵੇਦਾਂ ਤੋਂ ਵੀ ਕੁਐਸਚਨ ਆ ਜਾਂਦੇ ਹੈ, ਉਹਦੇ ਵਿੱਚ ਪੋਲੀਟੀਕਲ ਕੁਐਸਚਨ ਵੀ ਆ ਜਾਂਦੇ ਹੈ, ਵਰਲਡ ਦੁਨੀਆ ਦੇ ਕੁਐਸਚਨ, ਮਤਲਬ ਇਹਦਾ ਕੋਈ ਬਾਉਂਡੇਡ ਲਿਮਿਟੇਸ਼ਨਸ ਨਹੀਂ ਹੈਗੀ। ਜੋ ਤੁਸੀਂ ਜ਼ਿੰਦਗੀ ਵਿੱਚ ਸਿੱਖ ਸਕਦੇ ਹੋ ਉਹ ਤੁਹਾਨੂੰ ਸਿੱਖਣਾ ਚਾਹੀਦਾ ਵੈ। ਮੈਂ ਜ਼ਿੰਦਗੀ ਵਿੱਚ ਜਦੋਂ ਵੀ ਪੜ੍ਹਦਾ ਸੀ, ਮੈਂ ਤੁਹਾਨੂੰ ਸੱਚ ਗੱਲ ਦੱਸਦਾ, ਮੈਂ ਇਹ ਸੋਚ ਕੇ ਪੜ੍ਹਦਾ ਸੀ ਕਿ ਪਤਾ ਨਹੀਂ ਇਹ ਕੁਐਸਚਨ ਕਦੋਂ ਮੇਰੇ KBC ਕੰਮ ਆ ਜਾਏ, ਇਹੀ ਮੋਟੀਵੇਸ਼ਨ ਨੇ ਮੈਨੂੰ KBC ਪਹੁੰਚਾਇਆ ਵੈ। ਮੈਂ ਜਦੋਂ ਵੀ ਕੋਈ ਕੁਐਸਚਨ ਪੜ੍ਹਦਾ ਸੀ ਕਿ ਪਤਾ ਨਹੀਂ ਇਹ ਕੁਐਸਚਨ ਮੇਰੇ 'ਤੇ KBC ਕਦੇ 25 ਲੱਖ 50 ਲੱਖ 'ਤੇ ਮੇਰੇ ਕੁਐਸਚਨ ਆ ਜਾਏ ਇਹ ਵਾਲਾ। ਤੁਸੀਂ 12.5 ਲੱਖ ਦੀ ਰਾਸ਼ੀ ਲੈ ਕੇ ਆਏ ਹੋ, ਕਿ ਕੋਈ ਟਾਰਗੇਟ ਰੱਖਿਆ ਸੀਗਾ ਕਿ ਇਸ ਤੋਂ ਜ਼ਿਆਦਾ ਲੈ ਕੇ ਆਉਣਾ ਹੈ, ਜਾਂ ਕੋਈ ਮਾਇਸੀ ਹੋਈ ਹੈ ਯਾਰ ਪਹਿਲਾਂ ਹੀ ਮੈਨੂੰ ਕੁਇਟ ਕਰਨਾ ਪੈ ਗਿਆ? ਬਚਪਨ ਤੋਂ ਜਿਵੇਂ ਮੇਰੇ ਮਾਤਾ ਜੀ ਅਤੇ ਮੈਂ ਇਕੱਠੇ ਦੇਖਦੇ ਸੀ, ਅਤੇ ਉਹ ਮੈਨੂੰ ਹਮੇਸ਼ਾ ਕਹਿੰਦੇ ਸੀ ਤੂੰ 25-50 ਤਾਂ ਲੈ ਕੇ ਆਊਗਾ ਹੀ ਆਊਗਾ, ਅਤੇ ਮੇਰੇ ਲਈ ਮੈਂ ਮਿਨੀਮਮ 25 ਤਾਂ ਸੋਚਿਆ ਹੀ ਹੋਇਆ ਸੀਗਾ, ਅਤੇ ਇਸ ਲਈ ਥੋੜ੍ਹਾ ਜਿਹਾ ਆ ਸੀਗਾ ਕਿ ਮੈਂ 25 ਲੈ ਕੇ ਆਉਂਦਾ, ਪਰ ਫਿਰ ਵੀ ਮੈਂ ਉੱਥੇ ਜਾ ਕੇ ਦੇਖਿਆ, ਮਾਹੌਲ ਦੇਖਿਆ, ਕਹਿਣਾ ਆਸਾਨ ਹੈ ਕਰਨਾ ਬਹੁਤ ਮੁਸ਼ਕਿਲ ਹੈ, ਉੱਥੇ ਬਹਿਣਾ ਹੀ ਬਹੁਤ ਮੁਸ਼ਕਿਲ ਹੈ, ਪਹਿਲਾਂ ਤਾਂ ਆਪਣੇ ਆਪ ਨੂੰ ਨੋਰਮਲ ਕਰਨਾ ਹੀ ਬਹੁਤ ਮੁਸ਼ਕਿਲ ਹੈ ਉੱਥੇ ਬਹਿ ਕੇ, ਮੈਂ ਨੋਰਮਲ ਵੀ ਰਿਹਾ, ਭਗਵਾਨ ਦੀ ਕਿਰਪਾ ਨਾਲ ਕੋਨਫੀਡੈਂਸ ਵੀ ਸਹੀ ਰਿਹਾ, ਅਤੇ ਔਰ ਜੋ ਉੱਥੇ ਜਿਹੋ ਜਿਹਾ ਉੱਥੇ ਮਾਹੌਲ ਸੀ, ਪ੍ਰੈਸ਼ਰ ਸੀ, ਮੈਨੂੰ ਲੱਗਦਾ ਮੈਂ ਗੇਮ ਸਹੀ ਖੇਡਿਆ ਆ ਉੱਥੇ, ਔਰ ਜਿੰਨਾ ਮਿਲਿਆ ਮੈਂ ਸੰਤੁਸ਼ਟ ਹਾਂ, ਖੁਸ਼ ਹਾਂ ਉਹਦੇ ਨਾਲ ਬਹੁਤ। ਸਾਰਾ ਸ਼੍ਰੇਅ ਕਿਵੇਂ ਦਿਵਾਂਗੇ? ਸਾਰਾ ਸ਼੍ਰੇਅ ਮੈਂ ਮਹਾਦੇਵ ਨੂੰ, ਆਪਣੇ ਮਾਤਾ ਪਿਤਾ ਨੂੰ, ਆਪਣੇ ਪਰਿਵਾਰ ਨੂੰ, ਆਪਣੇ ਸਗੇ ਸੰਬੰਧੀ ਮਿੱਤਰਾਂ ਨੂੰ ਦੇਣਾ ਚਾਹੁੰਦਾ। ਬਹੁਤ ਬਹੁਤ ਮੁਬਾਰਕਾਂ ਤੁਹਾਨੂੰ। ਇਹ ਸੀ ਸਾਡੇ ਨਾਲ ਸ਼੍ਰੀਮ ਸ਼ਰਮਾ, ਜਿਨ੍ਹਾਂ ਨੇ KBC 16 ਦੇ ਵਿੱਚ 12.5 ਲੱਖ ਰੁਪਏ ਦੀ ਰਾਸ਼ੀ ਜਿੱਤ ਕੇ ਮੋਗਾ ਪਹੁੰਚੇ ਨੇ, ਕਿਉਂਕਿ ਬਹੁਤ ਸਟਰਗਲ ਕਰਨਾ ਪੈਂਦਾ ਅਗਰ KBC ਦੇ ਵਿੱਚ ਕਿਸੇ ਨੇ ਜਾਣਾ। ਜਿਸ ਤਰ੍ਹਾਂ ਸ਼ਰੀਮ ਨੇ ਦੱਸਿਆ ਕਿ ਪਹਿਲਾਂ KBC ਦੇ ਵਿੱਚ ਕੰਟੈਸਟ ਹੁੰਦੇ ਆ, TV 'ਤੇ ਕੁਸ਼ਚਨ ਆਉਂਦੇ ਆ, ਉਹਨਾਂ ਦੇ ਆਂਸਰ ਦਿੱਤੇ, ਉਸ ਤੋਂ ਬਾਅਦ ਆਡੀਸ਼ਨ ਹੁੰਦਾ। ਆਡੀਸ਼ਨ ਦੇ ਵਿੱਚ ਵੀ ਇਹ ਨਹੀਂ ਹੈ ਕਿ ਗਿਣੇ ਚੁਣੇ ਲੋਕ ਜਾਂਦੇ ਆ, ਉੱਥੇ ਵੀ ਹਜ਼ਾਰਾਂ ਲੋਕ ਜਾਂਦੇ ਆ, ਉਹਨਾਂ ਦੇ ਵਿੱਚੋਂ ਸਿਲੈਕਟ ਹੋ ਕੇ ਹੌਟ ਸੀਟ ਤੱਕ ਪਹੁੰਚਣਾ ਬਹੁਤ ਵੱਡੀ ਗੱਲ ਹੈ। ਔਰ ਅੱਜ ਇਹ ਸਪਨਾ ਸ਼ਰੀਮ ਸ਼ਰਮਾ ਦਾ ਪੂਰਾ ਹੋਇਆ, ਉਹਨਾਂ ਦੀ ਮਾਤਾ ਦਾ ਪੂਰਾ ਹੋਇਆ, ਔਰ 12.5 ਲੱਖ ਦੀ ਰਾਸ਼ੀ ਲੈ ਕੇ ਮੋਗਾ ਪਹੁੰਚੇ। ਦੀਪਕ ਸਿੰਗਲਾ, ਨਿਊਜ਼ 18 ਮੋਗਾ।